ਅਸਲਾਮ ਅਲੈਕਮ ਦੋਸਤੋ ਕੀ ਹਾਲ ਚਾਲ ਨੇ ਤੁਸੀਂ ਵੇਖ ਰਹੇ ਹੋ ਮਦਰਸਨ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮਦਰਸਨ ਜੋਇਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਰੋਜ਼ ਨਵੀਂ ਨਵੀਂ ਵੀਡੀਓ ਲੈ ਕੇ ਆਉਣਾ ਮੇਰੀ ਕੋਸ਼ਿਸ਼ ਹੈ ਹੁੰਦੀ ਕਿ ਦੋਸਤੋ ਨਵੀਂ ਨਵੀਂ ਚੀਜ਼ ਲੈ ਕੇ ਦੇਵਾਂ ਉਹਦੇ ਵਾਸਤੇ ਮੈਨੂੰ ਪਹੁੰਚ ਜਿੰਨਾ ਮਰਜ਼ੀ ਸਫ਼ਰ ਕਰਨਾ ਪਵੇ ਤੇ ਅੱਜ ਮੈਂ ਇੱਕ ਵੀਡੀਓ ਲੈ ਕੇ ਆਇਆ ਤਿੰਨ ਮੱਝਾਂ ਦੀ ਇਹ ਤਾਜ਼ੀਆਂ ਤਿੰਨੇ ਮੱਝਾਂ ਸੁੱਈਆਂ ਹੋਈਆਂ ਨੇ ਹੁਣ ਮੇਰਾ ਕੈਮਰਾਮੈਨ ਤੁਹਾਨੂੰ ਮੱਝਾਂ ਉਹ ਖਾਂਦਾ ਉਸ ਤੋਂ ਬਾਅਦ ਗੱਲਾਂ ਬਾਤਾਂ ਕਰਾਂਗੇ ਮਾਲਕ ਨਾਲ ਇਹ ਮੱਝ ਨੰਬਰ 1 ਕੇ ਜੀ ਇਹ ਝੋਟੀ ਨੰਬਰ 1 ਕੇ ਮੇਰਾ ਕੈਮਰਾਮ ਕੈਮਰਾਮੈਨ ਸਭ ਪਹਿਲੇ ਮੱਝਾਂ ਖਾ ਲਓ ਫਿਰ ਵਾਨੇ ਹੁਣ ਲਾਇਆ ਜੇ ਐ ਝੋਟੀ ਨੰਬਰ 1 ਇਹ ਇਧਰੋਂ ਖਾਓ ਨਾ ਇਧਰ ਆਓ ਪਹਿਲੇ ਝੋਟੀ ਖਾ ਲਓ ਫਿਰ ਵਾਨੇ ਖਾਜੇ ਐ ਝੋਟੀ ਨੰਬਰ 1 ਕੇ ਜੀ ਇਹ ਪੁੱਛਾਂਗੇ ਮਾਲਕਾਂ ਨੂੰ ਇਹ ਕਿੰਵੇਂ ਸੂਵੇ ਨੇ ਜਾਂ ਕਿੰਨੇ ਦਿਨ ਹੋ ਗਏ ਇਹਨਾਂ ਸੂਆਂ ਨੂੰ ਇਹਨਾਂ ਦੇ ਪਿੱਛੇ ਕੱਟਾ ਹੈ ਕਿ ਕੱਟੀ ਏ ਕਿੰਵੇਂ ਸੂਵੇ ਨੇ ਹਾਜ਼ਰ ਟਾਈਮ ਇਹ ਕਿੰਨਾ ਦੁੱਧ ਕਰ ਰਹੀਆਂ ਨੇ ਇਹ ਸਾਰੀਆਂ ਗਰੰਟੀਆਂ ਮਦਰ ਸੰਤ ਟੀਵੀ ਲਵੇਗਾ ਮਾਲਕਾਂ ਕੋਲੋਂ ਜਨਾਬ ਇਹ ਝੋਟੀ ਨੰਬਰ 1 ਮੇਰਾ ਕੈਮਰਾਮੈਨ ਤੁਹਾਨੂੰ ਚੈੱਕ ਕਰਵਾ ਰਿਹਾ ਹੈ ਔਰ ਤੁਸੀਂ ਦੇਖ ਰਹੇ ਹੋ ਝੋਟੀ ਨੰਬਰ 1 ਇਹ ਕਰਮਾ ਵਾਲੀ ਗਾਲੀ ਕਰ ਰਹੀ ਹੈ ਜੀ ਕੈਮਰਾਮੈਨ ਸਾਹਿਬ ਨੇ ਮੂੰਹ ਤੇ ਲਾ ਦਿਓ ਥੱਲੀ ਨਾਲ ਇਹ ਤਾਂ ਬੱਚਾ ਵਿਖਾ ਦਿਓ ਜਰਾ ਇਹ ਤਾਂ ਬੱਚਾ ਜੀ ਇਸ ਝੋਟੀ ਦਾ ਝੋਟੀ ਨੰਬਰ 1 ਦਾ ਹੈ ਬੱਚਾ ਹੈ ਠੀਕ ਹੋ ਗਿਆ ਸਲੀਆਂ ਇਹ ਵਹਣਾ ਬੁਣਾ ਨਹੀਂ ਵਿਖਾਇਆ ਇਹਨੇ ਕੁਝ ਵੀ ਅਜੇ ਤੇ ਆਪਾਂ ਇਹਦੇ ਸਲੀ ਕਰ ਲੈਨੇ ਆ। ਓ ਕਰਮਾਲੀ ਪਿੱਛੇ ਓ ਪਿੱਛੇ ਪਰੇ। ਪਿੱਛੇ ਤਾਰ ਨਹੀਂ ਤੋੜਦੇ। ਨਹੀਂ ਤੋੜਦੀ। ਤੁਸੀਂ ਡਰੋ ਨਾ ਚੈੱਕ ਕਰਾਓ ਸਲੀ ਦਾ। ਇਹ ਝੋਟੀ ਨੰਬਰ 1 ਕੇ ਜੀ। ਅਕਰਮਾਲੀ। ਇਹ ਝੋਟੀ ਨੰਬਰ 1 ਕੇ ਜੀ ਪਿਛੇ ਕਰ। ਨਹੀਂ ਪਿਛੇ ਕਰ। ਬਾਠ ਠੀਕ ਹੋ ਗਿਆ। ਝੋਟੀ ਨੰਬਰ 1 ਇਸ ਤੋਂ ਬਾਅਦ ਮੱਝ ਨੰਬਰ 2 ਦਿਖਾਨੇ ਤੁਹਾਨੂੰ ਮੱਝ ਨੰਬਰ 2 ਕੈਮਰਾਮੈਨ ਸਾਹਿਬ ਖਾਓ। ਪਾ ਠੀਕ ਹੋ ਗਿਆ ਮੱਝ ਨੰਬਰ 2 ਜੀ ਹੈ ਸਲੀਨੇ ਬੰਨ ਕੇ ਲਾਓ ਜਰਾ ਮੱਝ ਨੰਬਰ 2 ਹੈ ਜੀ ਇਹ ਕਰਮਾਲੀ ਇਹ ਮੱਝ ਨੰਬਰ 2 ਜੀ ਮੇਰਾ ਕੈਮਰਾਮੈਨ ਤਾੜੀਆਂ ਤਸੱਲੀਆਂ ਕਰਵਾਏਗਾ ਜੀ ਔਰ ਇਨਸ਼ਾਅੱਲਾ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਵੀ ਆਏਗੀ ਇਹ ਮੱਝ ਨੰਬਰ 2 ਜੀ ਮਾਸ਼ੱਲਾ ਚੰਗਾ ਸੋਹਣਾ ਵਾਨਾ ਜਿੰਨਾ ਕੋ ਹੈਗਾ ਥਣ ਪੋਰੀਆਂ ਮੁੱਠਾਂ ਤੇ ਪੂਰੀਆਂ ਵਿਰਲਾਂ ਤੇ ਟਾਈਮ ਤਕਰੀਬਨ 11 ਵਜੇ ਨੇ ਜੀ ਇਹ 11 ਵਜ ਦਾ ਟਾਈਮ ਹੈ ਦਿਨ ਦਾ ਜੀ ਕੋਈ ਬੰਦਾ ਇਹ ਨਾ ਆਖੇ ਕਿ ਛੱਡੇ ਯਾਰ ਘਟ ਨੇ 11 ਵਜ ਦਾ ਟਾਈਮ ਹੈ ਜੀ ਲੋਕੇਸ਼ਨ ਮੇਰੀ ਆਰਫ ਵਾਲੇ ਦੀ ਤਹਿਸੀਲ ਆਰਵਾਲਾ ਜ਼ਿਲ੍ਹਾ ਪਾਕਪਤਨ ਕਈ ਮੇਰੇ ਦੋਸਤ ਭਰਾਏ ਵੀ ਆਂਦੇ ਨੇ ਕਿ ਮਦਰ ਸੈਨ ਟੀਵੀ ਸਾਹਿਬ ਤੁਸੀਂ ਲੋਕੇਸ਼ਨ ਵੀ ਵਿੱਚੇ ਦੱਸ ਦਿਆ ਕਰੋ ਇਹ ਕੰਮ ਵੀ ਨਾਲ ਹੀ ਨਿਬੇੜ ਦਿਆ ਕਰੋ ਤੇ ਮੈਂ ਹੁਣ ਕੋਸ਼ਿਸ਼ ਕਰਨਾ ਇਹ ਵੀ ਕੰਮ ਨਾਲ ਹੀ ਨਿਬੇੜ ਦੇਣਾ ਇਹ ਮੱਝ ਨੰਬਰ 2 ਜੀ ਮੇਰਾ ਕੈਮਰਾਮੈਨ ਤਸੱਲੀਆਂ ਕਰਾਏਗਾ ਤੁਹਾਡੀਆਂ ਮੱਝ ਨੰਬਰ 2 ਛੋਟੀ ਵਖੀ ਦੀ ਮੱਝ ਹੈ ਜੀ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਪਰਲੇਪਾ ਚੱਲ ਮੱਝ ਨੰਬਰ 2 ਉਹ ਨੀਦੀ ਦੀ ਬਰੀਕ ਪੁੱਛ ਬਸ ਠੀਕ ਹੈ ਮੱਝ ਨੰਬਰ 2 ਦਾ ਬੱਚਾ ਵਖਾ ਦਿਓ ਜੀ ਇਹ ਮੱਝ ਨੰਬਰ 2 ਦਾ ਬੱਚਾ ਜੀ ਇਹ ਸਾਰੀਆਂ ਦੇ ਮਗਰ ਹੀ ਕੱਟੇ ਨੇ ਜੀ ਇਹ ਤਿੰਨਾਂ ਦੇ ਮਗਰ ਭਾਈ ਕੱਟੇ ਨੇ ਇਹ ਹੁਣ ਸੁੱਈਏ ਭਾਈ ਮੱਝ ਨੰਬਰ 3 ਇਹ ਮੱਝ ਨੰਬਰ 3 ਹੈ ਜੀ ਅਜੇ ਤੱਕ ਜੇਰ ਵੀ ਨਹੀਂ ਸੱਟੀ ਤੇ ਹੁਣ ਅਜੇ 10 ਮਿੰਟ ਵੀ ਨਹੀਂ ਹੋਏ ਤੇ ਮੈਂ ਪਹੁੰਚ ਗਿਆ ਅਜੇ ਚੋਈ ਚੋਈ ਕੋਈ ਨਹੀਂ ਭਾਈ ਨੂੰ ਤੇ ਦੁੱਧ ਰਿਕਾਰਡ ਦਾ ਉਦੋਂ ਪਤਾ ਲੱਗੇਗਾ ਜਦੋਂ ਇਹ ਚੋਣ ਕੇ ਭਾਈ ਮੱਝ ਨੰਬਰ 3 ਜੀ ਇਹ ਬੱਚਾ ਤੁਹਾਡੇ ਸਾਹਮਣੇ ਅਜੇ ਮੈਲਾ ਕਚਲਾ ਉੱਠਿਆ ਨਹੀਂ ਜਾ ਰਿਹਾ ਕੈਮਰਾ ਨਾਲ ਬੱਚੇ ਦਲਾਓ ਸਲੀਨਾ ਇਹ ਬੱਚਾ ਜੀ ਇਹਦਾ ਥੱਲੇ ਪਿਆ ਹੈ ਤੁਸੀਂ ਪਿੱਛੇ ਲਾਉਣ ਲੱਤਾਂ ਥੋੜਾ ਜਿਹਾ ਇੱਥੇ ਬਸ ਠੀਕ ਹੋ ਗਿਆ ਬਸ ਬਸ ਇਹ ਲਾਓ ਇਹਨਾਂ ਜ਼ਰਾ ਇਹ ਕੜੋਲ ਵੀ ਜੀ ਇਹਦਾ ਲਈ ਖੜੀ ਹੈ ਜੇ ਵੇਚੀ ਇਹ ਮੱਝ ਨੰਬਰ 3 ਹੈ ਜੀ ਕੈਮਰਾਮੈਨ ਸਾਵੇ ਦੇ ਮੂੰਹ ਮੱਤ ਲਾਏ ਉਹ ਕਰਮਾਲੀ ਮੱਝ ਨੰਬਰ 3 ਕੋਈ ਗੱਲ ਨਹੀਂ ਗੁੱਸਾ ਕਰ ਰਹੀ ਹੈ ਜੀ ਪਤਾ ਨਹੀਂ ਮੇਰੇ ਬੱਚੇ ਪੁੱਛਣ ਕਿ ਕਿਧਰ ਲੈ ਜਾਣੇ ਲੈ ਕੇ ਚੱਲੇ ਨੇ ਕੈਮਰਾ ਅਸੀਂ ਇਹਨੂੰ ਕਿੱਥੇ ਲੈ ਜਾਣਾ ਮੱਝ ਨੰਬਰ no. 3 ਚੱਲੇ ਬਲਾ ਇਹ ਵਾਨਾ ਨਹੀਂ ਬੁਖਾਰੀ ਜੀ ਤਸੱਲੀ ਨਾਲ ਇਹ ਹੁਣੇ ਸੋਈ ਹੈ ਜੀ ਹਜੇ ਬੰਦਾ ਕਿੱਥੇ ਆਪਣਾ ਆ ਜਾ ਯਾਰ ਆ ਜਾ ਜਾਨਵਰ ਬਹੁਤ ਗੁੱਸਾ ਕਰ ਰਿਹਾ ਹੈ ਉਹੋ ਹੀ ਨਾ ਤੇ ਇਹਨੇ ਛੱਡ ਨਹੀਂਆ ਵਾਨਾ ਇਹ ਮੱਝ ਜੀ ਥੋੜਾ ਜਿਹਾ ਪਕੜ ਕੇ ਰੱਖ ਪੁੱਤਰ ਇਹਨੂੰ ਛੋਟੀ ਲਾਇਆ ਔਰ ਆ ਛੋਟੀ ਲਾਇਆ ਜਿਹੜੀ ਪਈ ਵੀਡੀਓ ਲੰਮੀ ਹੁੰਦੀ ਵੀ ਆ ਜਾ ਜਲਦੀ ਜਲਦੀ ਮੱਝ ਨੰਬਰ 3 ਵਿਖਾਇਆ ਜੀ ਤੁਹਾਨੂੰ ਇਹ ਤਿੰਨਾ ਮੱਝਾਂ ਦੇ ਮਗਰ ਕੱਟੇ ਨੇ ਦੋਸਤੋ ਤੇ ਮੱਝ ਨੰਬਰ 1 ਤੋਂ ਫੇਰ ਆਪਾਂ ਸ਼ੁਰੂ ਕਰ ਲਾਂਗੇ ਰੇਟ ਵੀ ਪੁੱਛ ਲਵਾਂਗੇ ਤੇ ਦੁੱਧ ਵੀ ਪੁੱਛ ਲਵਾਂਗੇ ਇਹ ਹੌਣੀ ਸੂਈਏ ਮੱਝ ਜੀ ਪੁੱਛ ਲਈ ਫੜ ਲੈ ਯਾਰ ਚਲੋ ਇੱਥੇ ਦੋਵੇਂ ਚੀਆਂ ਫੜ ਲੈ ਭਾਵੇਂ ਚਲੋ ਕੈਮਰਾਮੈਨ ਸਾਥ ਥੱਲੀਆਂ ਕਰਾ ਦਿਓ ਇਹ ਸੂਰ ਨੂੰ ਚੱਡਾ ਲੱਗਾ ਮਾਸ਼ਾਅੱਲਾ ਸੋਹਣੀ ਮੱਝ ਜੀ ਥੱਬਿਆਂ ਦੇ ਹਵਾਨੇ ਲਈ ਫਿਰਦੀ ਸੋਹਣਾ ਥਾਣੇ ਠੀਕ ਹੋ ਗਿਆ ਕੈਮਰਾਮੈਨ ਸਾਹਿਬ ਇਹਨੇ ਲਾਓ ਬੰਦ ਕੇ ਤੇ ਮਾਰੋ ਗੱਲ ਕਰੀਏ ਮੱਝ ਨੰਬਰ 1 ਤੋਂ ਸ਼ੁਰੂ ਕਰ ਲੈਨੇ ਆ ਜੀ ਰੇਟ ਵੀ ਪੁੱਛ ਲੈਨੇ ਆ ਦੁੱਧ ਵੀ ਪੁੱਛ ਲੈਨੇ ਆ ਸੁਭਾ ਵੀ ਪੁੱਛ ਲੈਨੇ ਆ ਸਾਰਾ ਕੁਝ ਇਹ ਮੱਝ ਨੰਬਰ 3 ਨੇ ਮੱਝ ਨੰਬਰ 1 ਤੋਂ ਸ਼ੁਰੂ ਕਰ ਲੈਨੇ ਕੈਮਰਾਮੈਨ ਸਾਹਿਬ ਆ ਜਾਓ ਆ ਜਾਓ ਜੀ ਕਾ ਪਈ ਨੂੰ ਕਾ ਚੀ ਚੀ ਗੱਲ ਅਬਾ ਠੀਕ ਹੈ ਤੁਸੀਂ ਕੈਮਰਾਮੈਨ ਸਾਹਿਬ ਝੋਟੀਆਂ ਵਖਾ ਲਓ ਅਸਲਾਮੁਅਲੈਕਮ ਜੀ ਵਾਲੇਕੁਮ ਸਲਾਮ ਜੀ ਥੋੜਾ ਜਿਹਾ ਉੱਚੀ ਬੋਲਣਾ ਕੀ ਹਾਲ ਹੈ ਜਨਾਬ ਠੀਕ ਹੈ ਭਾਈ ਜੀ ਤੁਸੀਂ ਸੁਣਾਓ ਅੱਲਾ ਦਾ ਸ਼ੁਕਰ ਹੈ ਜਨਾਬ ਇਹ ਝੋਟੀ ਨੰਬਰ ਜਿਹੜੀ ਇੱਕ ਵਖਾਈ ਪਹਿਲੇ ਨੰਬਰ ਵਾਲੀ ਸਭ ਤੋਂ ਪਹਿਲਾਂ ਇਹ ਦੱਸੋ ਕਿੰਨੇ ਵੇ ਸੋਈ ਇਹ ਪਹਿਲੇ ਸਵੇ ਇਹ ਪਹਿਲੇ ਸਵੇ ਦੂਸਰੇ ਸਵੇ ਨਹੀਂ ਨਹੀਂ ਪਹਿਲੇ ਸਵੇ ਅੱਛਾ ਪਹਿਲੇ ਸਵੇ ਸੋਈ ਠੀਕ ਹੋ ਗਿਆ ਨਾ ਮਗਰ ਕੀ ਇਹਦੇ ਮਗਰ ਕੱਟਾ ਅੱਛਾ ਕੱਟਾ ਕਿੰਨੇ ਦਿਨਾਂ ਦੀ ਸੋਈ ਭਾਈ ਦੋ ਤਿੰਨ ਦਿਨਾਂ ਦੀ ਸੋਈ ਆ ਅੱਛਾ ਦੋ ਤਿੰਨ ਦਿਨ ਹੋ ਗਿਆ ਸੋਈ ਨੂੰ ਆਦਰ ਮੌਕੇ ਦੁੱਧ ਕਿੰਨਾ ਕਰਦੀ ਵੀ ਜਿਹੜਾ ਆਪਾਂ ਚਵਾ ਕੇ ਦੇਣਾ ਹਾਜੇ ਤਾਂ ਥੋੜਾ ਜਿਹਾ ਦੁੱਧ ਦਾ ਮਤਲਬ ਸਾਰਾ ਰਲ ਕੇ ਡੰਗ ਦਾ ਪੰਜ ਕਿਲੋ ਹੁੰਦਾ ਵਾ अच्छा तो बाकी ਦੁੱਧ ਤੇ ਹੋਰ ਹੁਣ ਅੱਲਾ ਖਰ ਕਰੇ ਆਊਗੀ ਕੱਲ ਕਿੰਨਾ ਕੁ ਦੁੱਧ ਕਰ ਜਾਏਗੀ ਦੁੱਧ ਕਰ ਦਊਗੀ 13 14 ਸਿਰ ਅੱਛਾ 13 14 ਸਿਰ ਕਰ ਜਾਏਗੀ ਹਾਂਜੀ ਠੀਕ ਹੋ ਗਿਆ ਤੇ ਮੱਝ ਨੰਬਰ ਜਿਹੜੀ 2 ਏ ਹਾਂਜੀ ਇਹਦੇ ਮਗਰ ਕੀ ਇਹਦੇ ਮਗਰ ਵੀ ਕੱਟਾ ਇਹ ਕਿੰਨੇ ਦਿਨਾਂ ਦੀ ਸੋਈ ਇਹ ਤਾਂ ਤੁਸੀ ਮਨ ਸੁਮ ਕੱਲ ਹੀ ਸੋਈ ਆ ਕੱਲ ਸੋਈ ਹਾਂਜੀ ਅੱਛਾ ਮੈਂ ਤਾਂ ਨਾ ਯਾਰ ਦੁੱਧ ਤਾਂ 3 4 ਦਿਨ ਹੋਗਾ ਅੱਛਾ ਇਹ ਕੱਲ ਸੋਈ ਹਾਂ ਠੀਕ ਹੋ ਗਿਆ ਤੇ ਇਹ ਕਿੰਵੇਂ ਸੋਏ ਭਾਈ ਇਹ ਹੁਣੇ ਦੂਸਰੇ ਜਾਂ ਤੀਸਰੇ ਕਸੋਏ ਆ ਤੀਸਰੇ ਸਵੇਰੇ ਹਾਂਜੀ ਅੱਛਾ ਤੀਸਰੇ ਸਵੇ। ਠੀਕ ਹੋ ਗਿਆ ਤੇ ਇਹ ਹਾਜ਼ਰ ਟਾਈਮ ਜਿਹੜਾ ਦੁੱਧ ਕਰ ਰਹੀ ਹੈ ਕਿੰਨਾ ਕਰ ਰਹੀ? ਇਹ ਵੀ ਇੰਨਾ ਖੇਲੇ ਦੇਣ ਲਈ ਆ ਦੋ ਚਾਰ ਸਾਰੇ ਪੰਜ ਕਿਥੇ ਦੇ ਦਿੰਦੀ ਆ। ਬੱਚੇ ਨੂੰ ਪਲਾ ਕੇ ਨੇ ਬੱਚੇ ਸਮੇਤ ਅੱਛਾ ਬੱਚੇ ਸਮੇਤ ਹਾਂਜੀ ਦੁੱਧ ਲਾਏਗੀ। ਅੱਛਾ ਠੀਕ ਹੋ ਗਿਆ ਦੁੱਧ ਲਾਵੇਗੀ। ਤੇ ਮੱਝ ਨੰਬਰ 3 ਉਹ ਕਦੋਂ ਦੀ ਸੋਈ? ਵਾਹ ਹਲੇ ਹੁਣ ਸੋਈ ਆ। ਤਾਜੀ ਮਗਰ ਉਹਵੇਂ ਹੀ ਸਾਰਾ ਕੁਝ। ਉਹਨੇ ਮਗਰ ਕੀ? ਕੱਟਾ। ਉਹ ਕਿੰਵੇਂ ਸਵੇ ਭਾਈ ਤਿੰਨ ਨੰਬਰ ਮੱਝ? ਇਹ ਵੀ ਤੀਸਰੇ ਕ ਸਵੇ ਆ। ਅੱਛਾ ਤੀਸਰੇ ਸਵੇ। ਹਾਂਜੀ ਠੀਕ ਹੋ ਗਿਆ ਜੀ। ਤੇ ਇਹ ਭਰਾ ਤੁਹਾਡੇ ਘਰ ਦੀ ਮਾਜੇ ਕਿੰਨੇ ਕੁ ਦੋਦੀ ਰੇਂਜ ਕਰ ਜਾਏਗੀ ਇਹ ਕਾਜ ਵੀ 16 17 ਸਿਰ ਅੱਛਾ 16 17 ਸਿਰ ਕਰੇਗੀ ਸਵੇਰ ਤੀਸਰਾ ਸਵੇਰ ਤੀਸਰਾ ਠੀਕ ਹੋ ਗਿਆ ਤੇ ਆਪਾਂ ਫਿਰ ਇੱਕ ਤੋਂ ਸ਼ੁਰੂ ਕਰ ਲੈਂਦੇ ਆ ਤੇ ਛੋਟੀ ਨੰਬਰ ਜਿਹੜੀ 1 ਏ ਇਹਦੇ ਫਾਈਨਲ ਪੈਸੇ ਮਕੂਲ ਜੈ ਜਿਹੜੇ ਆਪਾਂ ਲੈ ਲੈਣੇ ਜ਼ਿਆਦਾ ਰੇਟ ਨਹੀਂ ਕਰਨਾ ਛੋਟੀ ਨੰਬਰ 1 ਦੇ ਪੈਸੇ ਕਿੰਨੇ ਨੇ 85000 ਰੁਪਏ 1 ਲੱਖ 85000 1 ਲੱਖ 85000 ਦੇ ਕੋ ਪਿਆਰ ਮੁਹੱਬਤ ਉਹ ਕੋ ਥੋੜਾ ਬਹੁਤਾ ਹੋ ਜਾਊਗਾ 192 ਦਾ ਅੱਛਾ ਹੋ ਜਾਏਗਾ ਠੀਕ ਹੋ ਗਿਆ ਚਲੋ ਕਰ ਲਵਾਂ ਯਾਰਾ ਮੱਜ ਨੰਬਰ ਜਿਹੜੀ ਇੰਦਾ ਫਾਈਨਲ ਪਿਆਰ ਮੁਹੱਬਤ ਦਾ ਮੁੱਲ ਕਰਨਾ ਜ਼ਿਆਦਾ ਨਹੀਂ ਕਰਨਾ ਇੰਦੇ ਪੈਸੇ ਕਿੰਨੇ ਇਹਦਾ ਵੀ 185000 ਆ ਅੱਛਾ ਇੰਦਾ ਵੀ 185000 ਕੋ ਪਿਆਰ ਮੁਹੱਬਤ ਇੰਦੇ ਚ ਵੀ ਆ ਹੋਜੂ ਕੋ ਨਹੀਂ ਵੀ ਦਾ ਆਹੀ ਹੋਜੂ ਹੋਰ ਆਪਾਂ ਬਹੁਤੇ ਫਰਕਾਂ ਨਾਲ ਨਹੀਂ ਕਦੀ ਕੀਤਾ ਕੰਮ ਅੱਛਾ ਹੋ ਜਾਗਾ ਠੀਕ ਹੋ ਗਿਆ ਤੇ ਮੱਝ ਨੰਬਰ 3 ਜਿਹੜੀ ਹੁਣੇ ਸੂਈਏ ਜਿਹੜੀ ਉਹਦੇ ਕਿੰਨੇ ਪੈਸੇ ਨੇ ਉਹਦਾ 225000 225000 225000 ਦੇ ਵਿੱਚ ਕੋ ਪਿਆਰ ਮੁਹੱਬਤ ਬਸ ਪਿਆਰ ਮੁਹੱਬਤ ਫਿਰ 1921 ਦਾ ਹੁੰਦਾ ਰਹਿੰਦਾ ਤੁਹਾਨੂੰ ਪਤਾ ਹੀ ਆ ਅੱਛਾ ਚਲੋ ਕਰ ਲਾਂ ਯਾਰਾ ਮੈਂ ਉਮੀਦ ਕਰਨਾ ਕਿ ਦੋਸਤਾਂ ਨੂੰ ਅੱਜ ਵਾਲੀ ਵੀਡੀਓ ਬੜੀ ਪਸੰਦ ਆਵੇਗੀ ਤੇ ਅਗਲੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਤੇ ਮਾਰੋ ਹੱਥ ਤਾਂ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਤੁਸੀਂ ਉਹ ਵੀਡੀਓ ਵੇਖ ਸਕੋ ਨੰਬਰ ਮੇਰਾ 030479 ਪੂਰਾ 776 ਇਹੋ ਹੀ ਮੇਰਾ WhatsApp ਨੰਬਰ ਹੈ ਇਹੋ ਹੀ IMO ਦਾ ਨੰਬਰ ਹੈ ਹਰ ਵੀਡੀਓ ਦੇ ਥੱਲੇ ਇਹ ਮੇਰਾ ਨੰਬਰ ਲੱਗਾ ਹੁੰਦਾ ਜਨਾਬ ਮਿਲਨੇ ਅਗਲੀ ਵੀਡੀਓ ਦੇ ਵਿੱਚ ਪਾਕਿਸਤਾਨ ਜ਼ਿੰਦਾ